ਅਮਰੀਕਾ ਦੇ ਵਿੱਚ ਇੱਕ ਹੋਰ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ ਹੈ। 21 ਸਾਲ ਦੇ ਸਾਹਿਲਪ੍ਰੀਤ ਦੀ ਸਵਿਮਿੰਗ ਪੂਲ ਦੇ ਵਿੱਚ ਡੁੱਬਣ ਕਾਰਨ ਜਾਨ ਚਲੀ ਗਈ ਹੈ। ਦੱਸਿਆ ਇਹ ਜਾ ਰਿਹਾ ਹੈ ਕਿ ਉਸਦਾ ਇੱਕ ਦੋਸਤ ਅਮਰੀਕਾ ਦੇ ਵਿੱਚ ਪੱਕਾ ਹੋਇਆ ਸੀ ਤੇ ਉਹ ਪਾਰਟੀ ਕਰਨ ਦੇ ਲਈ ਗਏ ਸੀ, ਤਾਂ ਇਸ ਦੌਰਾਨ ਸਵਿਮਿੰਗ ਪੂਲ ਦੇ ਵਿੱਚ ਉਸਦਾ ਸਾਥੀ ਜਦੋਂ ਡੁੱਬਣ ਲੱਗਿਆ ਤਾਂ ਇਸ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤੇ ਦੋਵਾਂ ਦੀ ਹੀ ਸਵਿਮਿੰਗ ਪੂਲ ਦੇ ਵਿੱਚ ਡੁੱਬਣ ਕਾਰਨ ਮੌਤ ਹੋ ਗਈ ਹੈ। ਅਮਰੀਕਾ ਦੇ ਵਿੱਚ ਇਹ ਫਲੋਰੀਡਾ ਦੇ ਵਿੱਚ ਰਹਿੰਦਾ ਸੀ ਅਤੇ 5 ਮਹੀਨੇ ਪਹਿਲਾਂ ਹੀ ਸਾਹਿਲਪ੍ਰੀਤ ਸਿੰਘ ਅਮਰੀਕਾ ਗਿਆ ਸੀ। ਸੁਲਤਾਨਪੁਰ ਲੋਧੀ ਦੇ ਪਿੰਡ ਮਸੀਤਾ ਦਾ ਰਹਿਣ ਵਾਲਾ ਸੀ ਸਾਹਿਲਪ੍ਰੀਤ ਸਿੰਘ ਬਾਜਵਾ, ਤੇ ਹੁਣ ਘਰ ਦੇ ਵਿੱਚ ਸੱਥਰ ਵਿਛ ਗਿਆ, ਮਾਤਮ ਛਾਇਆ ਹੋਇਆ ਏ, ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਜ਼ਿਲ੍ਹਾ ਕਪੂਰਥਲਾ ਦਾ ਹਲਕਾ ਸੁਲਤਾਨਪੁਰ ਲੋਧੀ, ਜਿੱਥੋਂ ਦਾ ਇਹ ਨੌਜਵਾਨ ਅਮਰੀਕਾ ਦੇ ਵਿੱਚ ਸਵਿਮਿੰਗ ਪੂਲ ਦੇ ਵਿੱਚ ਡੁੱਬ ਗਿਆ ਤੇ ਉਸਦੀ ਮੌਤ ਹੋ ਗਈ। ਇਹ ਨੌਜਵਾਨ ਹੋਰਨਾਂ ਵਾਂਗ ਚੰਗੀ ਰੋਜ਼ੀ ਰੋਟੀ ਦੀ ਤਲਾਸ਼ ਦੇ ਵਿੱਚ ਅਤੇ ਚੰਗੇ ਦਿਨਾਂ ਦੀ ਆਸ ਦੇ ਵਿੱਚ ਅਮਰੀਕਾ ਗਿਆ ਸੀ, ਪਰ ਹੁਣੀ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਸਾਹਿਲਪ੍ਰੀਤ ਸਿੰਘ ਬਾਜਵਾ ਦੀ ਫਲੋਰੀਡਾ ਦੇ ਵਿੱਚ ਇੱਕ ਸਵਿਮਿੰਗ ਪੂਲ 'ਚ ਡੁੱਬਣ ਕਾਰਨ ਮੌਤ ਹੋ ਗਈ। ਜਿਉਂ ਹੀ ਇਹ ਖਬਰ ਪਿੰਡ ਪਹੁੰਚੀ ਤਾਂ ਪਿੰਡ 'ਚ ਸੋਗ ਦੀ ਲਹਿਰ ਦੌੜ ਗਈ। ਸਾਹਿਲਪ੍ਰੀਤ ਦੀ ਉਮਰ ਮਹਿਜ਼ 21 ਸਾਲ ਸੀ ਅਤੇ ਉਹ ਫਲੋਰੀਡਾ ਦੇ ਇੱਕ ਸਟੋਰ 'ਚ ਕੰਮ ਕਰਦਾ ਸੀ ਤੇ ਹੁਣ ਘਰ ਦਾ ਸਾਰਾ ਦਾਰੋਮਦਾਰ ਵੀ ਉਸੇ ਤੇ ਟਿਕਿਆ ਹੋਇਆ ਸੀ, ਪਰ ਹੁਣ ਪਰਿਵਾਰ ਤੋਂ 21 ਸਾਲ ਦਾ ਇਹ ਲਾਡਲਾ ਪੁੱਤ ਸਦਾ ਲਈ ਵਿਛੜ ਗਿਆ ਅਤੇ ਪਰਿਵਾਰ ਹੁਣ ਆਖਰੀ ਵਾਰ ਮੂੰਹ ਦੇਖਣ ਲਈ ਤਰਸ ਰਿਹਾ ਹੈ। ਪਰਿਵਾਰ ਦੀ ਮੰਗ ਹੈ ਕਿ ਸਾਹਿਲਪ੍ਰੀਤ ਦੀ ਡੈੱਡ ਬਾਡੀ ਵਾਪਸ ਭਾਰਤ ਲਿਆਂਦੀ ਜਾਵੇ। ਇਸ ਦੇ ਨਾਲ ਹੀ ਉਸਦੇ ਦੋਸਤ ਦੀ ਵੀ ਮੌਤ ਹੋਈ ਹੈ ਜੋ ਹੁਸ਼ਿਆਰਪੁਰ ਦੇ ਨਾਲ ਸੰਬੰਧਿਤ ਦੱਸਿਆ ਜਾ ਰਿਹਾ ਹੈ। ਹਾਲਾਂਕਿ ਕੋਈ ਪਹਿਲੀ ਵਾਰ ਨਹੀਂ ਹੈ ਜਦੋਂ ਇਸ ਢੰਗ ਦੇ ਨਾਲ ਅਮਰੀਕਾ ਦੇ ਵਿੱਚ ਅਜਿਹਾ ਹਾਦਸਾ ਵਾਪਰਿਆ ਹੋਵੇ ਅਤੇ ਸਵਿਮਿੰਗ ਪੂਲ 'ਚ ਡੁੱਬਣ ਕਾਰਨ ਦੋ ਪੰਜਾਬੀ ਨੌਜਵਾਨਾਂ ਦੀ ਮੌਤ ਹੋ ਗਈ ਹੈ, ਜਿਸ ਦੇ ਵਿੱਚ ਇੱਕ ਹੁਸ਼ਿਆਰਪੁਰ ਤੇ ਦੂਜਾ ਕਪੂਰਥਲਾ ਦੇ ਸੁਲਤਾਨਪੁਰ ਲੋਧੀ ਦੇ ਪਿੰਡ ਮਸੀਤਾ ਦਾ ਸਾਹਿਲਪ੍ਰੀਤ ਹੈ। ਮੇਰੇ ਛੋਟਾ ਵੀਰ ਹੀ, ਮੇਰੇ ਤੋਂ 3 ਸਾਲ ਛੋਟਾ, ਅਮਰੀਕਾ ਗਿਆ ਸੀ ਜਿੱਦਾਂ, ਅਤੇ ਉੱਥੇ ਇੱਕ ਮੁੰਡਾ ਉਹਦੇ ਨਾਲ ਦਾ ਪੱਕਾ ਹੋਇਆ ਸੀ, ਜੋ ਸਾਡੇ ਸੁਣਨ 'ਚ ਆਇਆ ਉਹਦੇ ਨਾਲ ਦਾ ਮੁੰਡਾ ਪੱਕਾ ਹੋਇਆ ਸੀ ਅਤੇ ਸਵਿਮਿੰਗ ਪੂਲ ਦੇ ਵਿੱਚ ਕਿਤੇ ਗਏ ਆ ਨਹਾਉਣ। ਸਵਿਮਿੰਗ ਪੂਲ ਦੇ ਵਿੱਚ ਨਹਾਉਂਦੇ ਪੈਰ ਪਤਾ ਨਹੀਂ ਕਿੱਦਾਂ ਫਿਸਲਿਆ, ਉਹ ਮੁੰਡਾ ਡੁੱਬਣ ਲੱਗ ਪਿਆ ਨਾ, ਜਿੱਦਾਂ ਗਾਂ ਜਿੱਥੇ ਡੂੰਘਾ ਪਾਣੀ ਹੁੰਦਾ ਉੱਧਰ ਨੂੰ ਚਲੇ ਗਏ। ਇਹ ਉਹਨੂੰ ਕਵਰ ਬਚਾਉਂਦਾ ਬਚਾਉਂਦਾ ਉਹਨੇ ਪਤਾ ਨਹੀਂ ਰੱਬ ਜਾਣੇ ਕੀ ਬਣਿਆ ਕਿ ਉਹਨੇ ਇਹਨੂੰ ਫੜ ਲਿਆ ਜਾਂ ਇਹਨੇ ਕੀ ਹਿਸਾਬ ਕਿਤਾਬ ਬਣਿਆ। ਉੱਥੇ ਫਿਰ ਦੋਵੇਂ ਜਾਣੇ ਸਾਨੂੰ ਪਤਾ ਲੱਗਾ ਕਿ ਡੁੱਬ ਗਈ। ਬਾਕੀ ਸਾਡਾ ਸਾਰਾ ਪਰਿਵਾਰ ਹੁਣ ਇਹਦੇ 'ਤੇ, ਪਹਿਲਾਂ ਮੇਰੇ ਪਾਪਾ ਦੀ ਡੈਥ ਹੋਈ 2017 ਦੇ ਵਿੱਚ, ਫਿਰ ਅਸੀਂ ਇਹਨੂੰ ਬਾਹਰ ਭੇਜਿਆ ਅਤੇ ਹੁਣ ਚਲੋ ਰੱਬ ਦੀ ਮਾਰ ਹੈ ਜੀ, ਅਸੀਂ ਇਹੀ ਕਹਿਣਾ ਚਾਹੁੰਦੇ ਹਾਂ। ਇਹਦੀ ਉਮਰ ਜੀ 21 ਸਾਲ ਜੀ, ਸਾਹਿਲਪ੍ਰੀਤ ਸਿੰਘ ਜੀ। ਅਸੀਂ 3 ਭੈਣ ਭਰਾ ਜੀ। ਇਹ ਜੀ ਫਲੋਰੀਡਾ ਸ਼ਹਿਰ ਵਿੱਚ ਰਹਿੰਦਾ, ਉੱਥੇ ਸਟੋਰ 'ਤੇ ਕੰਮ ਕਰਦਾ ਜੀ। ਹਾਂਜੀ ਵਧੀਆ ਚੱਲੀ ਜਾਂਦਾ ਇਹ ਕੰਮ, ਫੋਨ ਫਾਨ ਆਉਂਦਾ ਰਹਿੰਦਾ ਜੀ, ਵਧੀਆ ਜੀ। ਹਾਂਜੀ ਅਸੀਂ ਇਹ ਮੰਗ ਕਰਨੀ ਚਾਹੁੰਦੇ ਜੀ, ਜਾਂਦੀ ਵਾਰੀ ਸਾਨੂੰ ਸਾਡੇ ਵੀਰ ਭਰਾ ਦਾ ਮੁੱਖ ਦੇਖਣ ਨੂੰ ਮਿਲ ਜੇ ਅਤੇ ਉਹਦੀ ਦੇਹ ਨੂੰ ਇੱਧਰ ਲਿਆਂਦਾ ਜਾਵੇ ਜੀ, ਜੋ ਵੀ ਪਰਿਵਾਰ ਸਾਰਾ ਦਰਸ਼ਨ ਕਰ ਸਕੇ। ਆਖਰੀ ਵਾਰੀ ਜੀ ਮੇਰੀ ਪਰਸੋਂ ਹੋਈ ਉਹਦੇ ਨਾਲ, ਰਾਤੀ ਪਰਸੋਂ ਰਾਤੀ ਗੱਲਬਾਤ ਹੋਈ ਮੇਰੀ। ਬਾਕੀ ਉਹ ਬੜਾ ਮਿਲਣ ਵਰਤਣ ਵਾਲਾ ਸੀ, ਸਾਰਿਆਂ ਦੇ ਨਾਲ ਗੱਲਬਾਤ ਕਰਦਾ ਸੀ, ਜਿੰਨੇ ਉਹਦੇ ਮਿੱਤਰ ਭਰਾ ਆਏ ਘਰ ਸਾਰੇ ਕਹਿੰਦੇ ਕਿ ਸਾਹਿਲ ਦੀ ਸਾਡੇ ਨਾਲ ਪਰਸੋਂ ਹੀ ਗੱਲ ਹੋਈ, ਮਤਲਬ ਸਾਰਿਆਂ ਨਾਲ ਗੱਲ ਕੀਤੀ ਉਹਨੇ।
ਅਸੀਂ ਤਾਂ ਇਹੀ ਕਹਿੰਦੇ ਜੀ ਇਹੋ ਜਿਹਾ ਘਾਟਾ ਰੱਬ ਦੁਸ਼ਮਣ ਨੂੰ ਬਣਾ ਦੇਵੇ, ਇਹੋ ਜਿਹੇ ਘਾਟੇ ਕਦੇ ਪੂਰੇ ਨਹੀਂ ਹੁੰਦੇ ਜੀ। ਹੁਣ ਮੈਂ ਹੈਗਾ ਇਕੱਲਾ ਜੀ, ਬਸ ਇਹੀ ਮੰਗ ਕਰਦੇ ਹਾਂ ਜੀ, ਸਾਡੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਜੀ, ਅਸੀਂ ਆਪਣੇ ਵੀਰ ਦੀ ਮ੍ਰਿਤਕ ਦੇ ਇੱਥੇ ਲਿਆ ਸਕੀਏ, ਆਪਣੇ ਪਿੰਡ ਆਪਣੇ ਘਰ ਉਹਦਾ ਵੇਰਾ ਪਵਾ ਸਕੀਏ। ਬਸ ਅਸੀਂ ਇਹੀ ਸਰਕਾਰ ਤੋਂ ਮੰਗ ਕਰਦੇ ਹਾਂ ਜੀ। ਮੈਂ ਸਰਪੰਚ ਮਸੀਤਾਂ ਪਿੰਡ ਦਾ, ਅਤੇ ਬਾਕੀ ਸਹਿਲ ਸਿੰਘ ਬਾਜਵਾ ਸਾਡੇ ਪਿੰਡ ਦਾ ਨੌਜਵਾਨ ਸੀਗਾ, ਬਹੁਤ ਮਿਹਨਤੀ ਸੀਗਾ, ਅਤੇ ਗਿਆ ਵਿਚਾਰਾ ਮਸਾਂ ਤਾਂ ਗਿਆ ਸੀਗਾ, ਅਤੇ ਉੱਥੋਂ ਰੱਬ ਦਾ ਭਾਣਾ ਹੋਰ ਹੀ ਵਰਤ ਗਿਆ ਵਿਚਾਰੇ ਨਾਲ। ਪਿੰਡ ਦੇ ਵਿੱਚ ਬਹੁਤ ਮਿਲਣਸਾਰ ਸੀ, ਬੱਚਿਆਂ ਦੇ ਨਾਲ ਕੋਈ ਵੀ ਭਾਵੇਂ ਥੋੜ੍ਹਾ ਚਿਰ ਹੀ ਹਜੇ ਗਏ ਨੂੰ ਹੋਇਆ ਸੀ, ਅਤੇ ਕਿਸੇ ਨੂੰ ਕੋਈ ਮਾੜੀ ਮੋਟੀ ਜ਼ਰੂਰਤ ਹੁੰਦੀ ਸੀ ਤਾਂ ਵੀ ਪਾ ਦਿੰਦਾ ਸੀ, ਭਾਵੇਂ ਆਪ ਕਿੱਡੀ ਤੰਗੀ 'ਚ ਸੀਗਾ, ਕਿਸੇ ਨੂੰ ਨਾਂ ਨਹੀਂ ਕਰਨ ਵਾਲਾ, ਹਰੇਕ ਨਾਲ ਮੇਲ ਜੋਲ ਰੱਖਣ ਵਾਲਾ ਸੀਗਾ, ਮਾਂ ਪਿਓ ਦਾ ਵੀ ਆਗਿਆਕਾਰੀ ਸੀਗਾ, ਬੱਚਾ ਬਹੁਤ ਵਧੀਆ ਸੀਗਾ। ਆ ਪਤਾ ਨਹੀਂ ਰੱਬ ਜਾਣੇ ਕਿੱਦਾਂ ਉੱਥੇ ਕੀ ਭਾਣਾ ਵਰਤਿਆ ਅਤੇ ਕੀ ਨਹੀਂ, ਇਸ ਕਰਕੇ ਅਸੀਂ ਰਾਜ ਸਭਾ ਮੈਂਬਰ ਦੇ ਨਵੀਂ ਕਹਿੰਦੇ ਹਾਂ ਇਹਨਾਂ ਨੂੰ ਲਾਸ਼ ਲਿਆਉਣ ਵਾਸਤੇ ਮਦਦ ਕੀਤੀ ਜਾਵੇ, ਅਤੇ ਸਾਡਾ ਮੰਤਰਾਲਿਆ ਗਿਆ ਮੰਤਰਾਲਿਆ ਜਿਹੜਾ ਉਹ ਵੀ ਮਦਦ ਕਰੇ, ਪੰਜਾਬ ਸਰਕਾਰ ਵੀ ਕਰੇ ਅਤੇ ਸੈਂਟਰ ਗੌਰਮੈਂਟ ਵੀ ਕਰੇ, ਅਤੇ ਬੱਚਾ ਜਿਹੜਾ ਵਾ ਇੱਥੇ ਲਿਆਂਦਾ ਜਾਵੇ, ਅਤੇ ਆਖਰੀ ਵਾਰ ਇਹਦਾ ਜਿਹੜਾ ਵਾ ਮਾਂ ਪਿਓ ਜਿਹੜੇ ਆ ਮਦਰ ਇਹਨਾਂ ਦੀ ਇਕੱਲੀ ਆ ਵਿਚਾਰੀ, ਅਤੇ ਉਹ ਮੂੰਹ ਦੇਖ ਲਵੇ ਬੱਚੇ ਦਾ, ਇਹੀ ਮੰਗ ਕਰਦੇ ਹਾਂ ਅਸੀਂ। ਡੈਥ ਪਰਸੋਂ ਹੋਈ ਹੈ, ਰੱਖੜੀ ਵਾਲੇ ਦਿਨ ਨਹੀਂ ਇੱਕ ਵਾਰ ਆਈ ਸੀਗਾ, ਅਜੇ ਤਾਂ ਮੇਰੇ ਖਿਆਲ ਅਮੈਰੀਕਾ ਪਹੁੰਚੇ ਨੂੰ ਤਿੰਨ ਚਾਰ ਮਹੀਨੇ ਹੀ ਹੋਏ, 5 ਮਹੀਨੇ ਹੋਏ, 5 ਮਹੀਨੇ ਪਹਿਲਾਂ ਗਿਆ। ਹਾਂ ਜੀ।